ਸਚਕਤ ਸੀਮਾ ਬਲ ਯਾਨੀ SSB ਅੱਜ ਆਪਣਾ 60ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ SSB ਨੂੰ 1962 ਭਾਰਤ-ਚੀਨ ਜੰਗ ਤੋਂ ਬਾਅਦ 20 ਦਸੰਬਰ 1963 ਨੂੰ ਸਪੈਸ਼ਲ ਸਰਵਿਸ ਬਿਊਰੋ ਦੇ ਨਾਲ ਸੰਥਾਪਿਤ ਕੀਤਾ ਗਿਆ ਸੀ ਕਾਰਗਿਲ ਯੁੱਧ ਤੋਂ ਬਾਅਦ SSB ਦੇ ਕਾਰਜ ਖੇਤਰ ਅਤੇ ਭੂਮਿਕਾ ਵਿੱਚ ਪਰਿਵਰਤਨ ਕਰਕੇ ਇਸ ਨੂੰ ਸਾਲ 2001 ਵਿੱਚ ਗ੍ਰਹਿ ਮੰਤਰਾਲੇ ਦੇ ਅਧੀਨ ਕਰ ਦਿੱਤਾ ਗਿਆ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਚਕਤ ਸੀਮਾ ਬਲ ਦੇ ਜਵਾਨਾਂ ਨੂੰ ਸੀਮਾ ਬਲ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਐਕਸ ਉਤੇ ਲਿਖਿਆ ਕਿ ਐਸਐਸਬੀ ਕਰਮੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਦੀ ਸਥਾਪਨਾ ਦਿਵਸ ਉਤੇ ਸ਼ੁਭ ਕਾਮਨਾਵਾਂ। ਸਰਹੱਦਾਂ ਦੀ ਸੁਰੱਖਿਆ ਦੇ ਰੂਪ ਵਿੱਚ ਐਸਐਸਬੀ ਅਟੁੱਟ ਬਹਾਦਰੀ ਅਤੇ ਕਰਤੱਵ ਪ੍ਰਤੀ ਆਪਣੀ ਵਚਨਬੱਧਤਾ ਦੇ ਨਾਲ ਕਾਇਮ ਹੈ। ਆਪਦਾ ਦੌਰਾਨ ਸ਼ਾਨਦਾਰ ਸੇਵਾਵਾਂ ਨਾਲ ਇਹ ਉਭਰਿਆ ਹੈ। ਇਹਨਾਂ ਕਹਿਆ ਕਿ ਮੈਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।